ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਸੱਲੱਲਾਹੁ ਅਲਾ ਮੁਹੰਮਦ। ਸਭ ਸੱਜਣਾਂ ਨੂੰ, ਬੇਲੀਆਂ ਨੂੰ ਅਤੇ ਮਿੱਤਰਾਂ ਨੂੰ ਮੇਰੀ ਵੱਲੋਂ ਅਸਲਾਮੁ ਅਲੈਕੁਮ ਜੀ। ਦੁਆਏ ਅੱਲਾਹ ਪਾਕ ਸਭ ਨੂੰ ਆਪਣੇ ਅਰਜ਼ੂ ਇਮਾਨ 'ਚ ਰੱਖੇ, ਸਿਹਤ ਵਾਲੀ, ਆਫੀਅਤ ਵਾਲੀ ਅਤੇ ਈਮਾਨ ਵਾਲੀ ਲੰਬੀ ਜ਼ਿੰਦਗੀ ਦੇ। ਲਓ ਵੀ ਸੱਜਣੋ, ਅੱਜ ਦੇ ਵੀਲੋਗ ਦਾ ਕਰਨੇ ਆਗਾਜ਼ ਅਤੇ ਅਲਹਮਦੁਲਿਲਾ ਅਲਹਮਦੁਲਿਲਾ ਸਨੈਣ ਨੇ ਕੰਮ ਸ਼ੁਰੂ ਕਰ ਦਿੱਤਾ। ਇੱਕ ਖੁੱਡਾ 'ਤੇ ਸ਼ਿਫਟ ਕਰਤਾ ਸਨੈਣ ਨੇ, ਉਹ ਸਾਹਮਣੇ ਆ ਵੀ ਸਨੈਣ ਹੋ ਗਿਆ ਖੁੱਡਾ ਸ਼ਿਫਟ। ਹਾਂ ਜੀ, ਖੁੱਡਾ ਸ਼ਿਫਟ ਹੋ ਗਿਆ। ਚਲੋ ਜੀ, ਤੇ ਉਹਦਾ ਕਾਫੀ ਗੰਦਾ ਪਾਣੀ ਹੋ ਗਿਆ ਸੀ। ਮੇਰਾ ਇਰਾਦਾ ਹੈ ਕਿ ਸਾਰਾ ਇੱਕ ਵਾਰੀ ਕੱਢ ਕੇ ਨਾ ਦੁਬਾਰਾ ਲੈ ਪਾਣੀ ਇਹਦੇ 'ਚ ਭਰ ਦਈਏ। ਚ ਬੱਚੇ ਦਾ? ਹਾਂ ਜੀ। ਚਲੋ ਕੱਢੋ, ਖੋਲੋ ਢੱਕਣ, ਬਿਸਮਿਲ੍ਲਾ ਪੜ ਕੇ। ਲਓ ਜੀ, ਇਹ ਡੈਮ ਦਾ ਢੱਕਣ ਲੱਥ ਗਿਆ ਜੀ, ਅਤੇ ਸਨੈਣ ਕਹਿ ਰਿਹਾ ਪਾਣੀ ਕਾਫੀ ਗੰਦਾ ਹੋ ਗਿਆ, ਬਾਰਿਸ਼ਾਂ ਦਾ ਪਾਣੀ ਇਹਦੇ ਵਿੱਚ ਪੈ ਗਿਆ ਜਿਹਦੀ ਵਜ੍ਹਾ ਤੋਂ ਪਾਣੀ ਬਹੁਤਾ ਹੀ ਗੰਦਾ ਹੋ ਗਿਆ। ਲੇਕਿਨ ਜੇ ਅਸੀਂ ਵੇਖੀਏ ਅੱਜ ਤੋਂ ਨਿਕਲ ਰਿਹਾ ਅਤੇ ਸਾਫ਼ ਸੁਥਰਾ ਕੰਮ, ਉਹ ਸਿਰਫ ਉੱਤਰੀ ਸਾਈਡ 'ਤੇ ਹੈ ਜ਼ਰਾ, ਲੇਕਿਨ ਫਿਰ ਵੀ ਦੇਖੋ ਨਾ ਸਾਫ਼ ਹੈ ਪਾਣੀ, ਅਤੇ ਉਸੇ 'ਚ ਬੱਚੇ 'ਚ ਵੀ ਆ ਰਿਹਾ ਇਹ ਡਰੇਨ ਪਾਈ ਜਿਹੜੀ ਸੀ, ਪਾਣੀ ਸਾਫ਼ ਹੈ ਲੇਕਿਨ ਫਿਰ ਵੀ ਹਸਨੈਣ ਕਹਿ ਰਿਹਾ ਅਤੇ ਕਹਿੰਦਾ ਜੀ ਮੱਟੀ ਬੈਠੀ ਹੈ। ਚਲੋ ਕੋਈ ਗੱਲ ਨਹੀਂ, ਤੂੰ ਕੱਢ ਦੇ ਇੱਕ ਦਫ਼ਾ। ਹਾਂ, ਅਤੇ ਫਿਰ ਸਫਾਈ ਹੋ ਗਈ। ਦੂਸਰੇ ਨੰਬਰ 'ਤੇ ਖਰਗੋਸ਼ਾਂ ਦੇ ਅੱਗੇ ਅਸੀਂ ਰੱਖਣਾ ਜੀ ਜਾਲੀ ਵਾਲਾ ਖੁੱਡਾ, ਉਹ ਵੀ ਅਸੀਂ ਅੱਜ ਤਿਆਰੀ ਕਰਨੀ ਹੈ। ਅਤੇ ਇੱਕ ਸਨੈਣ ਯਾਰ ਢਿੱਲੀ ਢਿੱਲੀ ਲੱਗਦੀ ਮੈਨੂੰ, ਉਹ ਮੋਰਨੀ ਉਹ ਅੰਦਰ ਬੈਠੀ ਉਹ ਸਾਹਮਣੇ ਸਾਈਡ 'ਤੇ ਪਾਇਡ ਨਾ। ਹਾਂਜੀ, ਇਹਨੂੰ ਤਾਂ ਫਾੜੀ ਆ, ਕੀ ਕਰਦੀ ਪਈ ਹੈ? ਲੱਗਦਾ ਜਿਵੇਂ ਗਲੇ ਦਾ ਮਸਲਾ ਬਣਿਆ, ਸਾਹ ਲੈਂਦੀ ਪਈ ਔਖੇ ਔਖੇ। ਲਓ ਜੀ, ਇਹਨੂੰ ਚੈੱਕ ਕਰਨੇ ਆ, ਲੈ ਨਾ ਉਹਰਾ ਫੜ ਕੇ ਨਜ਼ਰ। ਇੱਕ ਮਿੰਟ ਹੁਣ। ਲਓ ਜੀ, ਓਹੋ, ਇਹਨੂੰ ਤਾਂ ਸਾਹ ਦਾ ਮਸਲਾ ਬਣ ਗਿਆ। ਚਲੋ ਇਹਨੂੰ ਸ਼ਰਬਤ ਦਿੰਦੇ ਪਿਆ ਆਪਣੇ ਕੋਲ, ਹੈਂ ਨਾਲ ਲੱਗਦਾ ਬੁਖਾਰ ਵੀ ਹੈ, ਗਰਮ ਹੈ ਗਰਮ ਹੈਗਾ ਜਿਸਮ, ਜਿਸਮ ਵੀ ਗਰਮ ਹੈ। ਚਲੋ ਇਹਨੂੰ ਕਰਨੇ ਟ੍ਰੀਟਮੈਂਟ, ਉਹਨਾਂ ਚਿਕਰ ਪਾਣੀ ਨਿਕਲ ਜਾਂਦਾ ਅਤੇ ਇਹਨੂੰ ਸ਼ਰਬਤ ਪਿਆਉਂਦੇ। ਫੜ ਕੇ ਰੱਖੀ, ਦੌੜੇ ਨਾ, ਕਾਬੂ ਕਰ ਲੈ, ਭੱਜ ਗਈ ਤਾਂ ਫਿਰ ਕਾਬੂ ਨਹੀਂ ਆਉਣੀ। ਮਿੱਤਰੋ, ਸਾਡੇ ਕੋਲ ਸ਼ਰਬਤ ਪਿਆ ਬਰੂਫਨ ਦਾ, ਇਹ ਕੋਈ 1 cc ਦਿੰਦੇ ਇਹਨੂੰ ਅਤੇ ਨਾਲ ਖਾਂਸੀ ਦਾ ਸ਼ਰਬਤ ਦਿਆਂਗੇ। ਉਹ ਖਲੋ ਜਾ, ਠਲ ਜਾ, ਬੜਾ ਜ਼ੋਰ ਹੈ ਬਈ। ਬਿਸਮਿਲ੍ਲਾ, ਲਓ ਜੀ ਸ਼ਰਬਤ ਇਹਨੂੰ ਦੇਤਾ, ਸ਼ਫਾ ਦੇਣੀ ਅੱਲਾ ਨੇ, ਅੱਲਾ ਚੰਗੀਆਂ ਕਰੇਗਾ। A few inches later. ਜੀ ਵਾਕਈ ਮਾਸ਼ਾ, ਸਹੀ ਕਹਿ ਰਿਹਾ ਜਿਸ ਨੇ ਮੱਕੀ ਥੱਲੇ ਸਾਰੀ ਬੈਠੀ ਸੀ। ਚਲੋ ਕੋਈ ਗੱਲ ਨਹੀਂ, ਲਓ ਜੀ ਪਾਣੀ ਸਾਫ਼ ਪਾ ਗਏ ਨਾ, ਤੇਰਾ ਇੱਕ ਵਾਰੀ ਸਫਾਈ ਕਰ ਦਿਓ। ਹਾਂਜੀ, ਫਿਲਹਾਲ ਸ਼ਰਬਤ ਦਿੱਤਾ ਅਤੇ ਮਜ਼ੀਦ ਜਿਹੜਾ ਨਾ ਡਾਕਟਰ ਨਾਲ ਮਸ਼ਵਰਾ ਕਰਕੇ ਅਤੇ ਇਹਨੂੰ ਕੋਈ ਨਾ ਕੋਈ ਚੀਜ਼ ਹੋਰ ਦਿਆਂਗੇ ਤਾਂ ਕਿ ਜਿਹੜਾ ਨਾ ਬਿਮਾਰੀ ਤੋਂ ਮਹਿਫੂਜ਼ ਹੋ ਜਾਏ। ਅਤੇ ਬਾਕੀ ਦੂਸਰਾ ਇਹ ਆ ਕਿ ਅੱਜ ਅਸੀਂ ਇਹ 2-3 ਖੁੱਡੇ ਵੀ ਰਿਪੇਅਰ ਕਰਨੇ ਨੇ, ਇੱਕ ਤਾਂ ਖਰਗੋਸ਼ਾਂ ਦਾ ਲਾਜ਼ਮੀ ਕਰਨਾ ਭਾਵੇਂ ਜੋ ਮਰਜ਼ੀ ਹੋ ਜਾਵੇ, ਕਿਉਂਕਿ ਖਰਗੋਸ਼ਣੀ ਜਿਹੜੀ ਹੈ ਨਾ ਸਾਡੀ ਉਹ ਬਿਲਡਿੰਗ 'ਤੇ ਆਈ ਹੈ, ਅਸੀਂ ਕਹਿੰਦੇ ਹਾਂ ਵੀ ਦੂਸਰੇ ਜਾਨਵਰ ਜਿਹੜੇ ਨਾ ਇਹਨੂੰ ਤੰਗ ਨਾ ਕਰਨ, ਅਤੇ ਇਹ ਇਨਸ਼ਾਅੱਲਾ ਅਸੀਂ ਤਿਆਰ ਕਰਨਾ।
ਇਹਨਾਂ ਚੋਂ ਇੱਕ ਦੋ ਖੁੱਡੇ ਲਾਜ਼ਮੀ ਅੱਜ ਅਸੀਂ ਤਿਆਰ ਕਰਾਂਗੇ। ਅਤੇ ਚਕੋਰਾਂ ਸਾਡੀਆਂ ਸ਼ਿਫਟ ਹੋ ਗਈਆਂ, ਬੜੀਆਂ ਖੁਸ਼ ਨੇ ਜੀ। ਅੰਦਰ ਖੁੱਡੇ 'ਚ ਪੈ ਗਿਆ ਥੋੜ੍ਹਾ ਜਿਹਾ ਗੁੱਬ, ਬਾਹਰ ਪਿਆ ਸੀ ਸਨੈਣ ਨੇ ਰੱਖਿਆ ਕਿਤੇ ਪੈਰ 'ਤੇ, ਇਹ ਥੱਲੇ ਨੂੰ ਬਹਿ ਗਿਆ। ਇਹਨੂੰ ਜ਼ਰਾ ਚੁੱਕਣੇ, ਲਓ ਜੀ ਦੇਸੀ ਜੁਗਾੜ ਜ਼ਿੰਦਾਬਾਦ। ਆ ਤੁਹਾਡੇ ਸਾਹਮਣੇ ਵੱਟ ਸ਼ਰਟ ਕੱਢ ਛੱਡੇ ਜੀ ਮੇਰੇ, ਬਿਹਤਰੀਨ ਹੋ ਗਿਆ, ਇੱਕੋ ਜਿਹਾ ਹੋ ਗਿਆ ਚਾਰਜ ਫਿਰੇ। A few moments later. ਸਨੈਣ ਪੁੱਤਰ, ਹਾਂਜੀ ਬਾਪਾ ਜੀ, ਲੈ ਆਈਏ ਯਾਰ ਫਿਰ ਜਾਲੀ ਜਾ ਕੇ। ਹਾਂਜੀ ਜਾਲੀ ਲੈ ਆਈਏ ਜਾਲੀ। ਲਓ ਜੀ ਫੈਸਲਾ ਇਹ ਹੋਇਆ ਕਿ ਜਾਲੀ ਲੈ ਆਈਏ, ਅਤੇ ਫਿਰ ਇਨਸ਼ਾਅੱਲਾ ਜਿਹੜਾ ਨਾ ਭਾਵੇਂ ਕੱਲ੍ਹ ਹੀ ਲਾ ਲਵਾਂਗੇ ਅਗਲੇ ਵੀ ਲੋਕ 'ਚ, ਲੇਕਿਨ ਲੈ ਆਈਏ ਜਾਲੀ ਅੱਜ ਲੈ ਆਈਏ। ਚਲੋ ਲਓ ਜੀ ਅਸੀਂ ਚੱਲੇ ਹੁਣ ਜਾਲੀ ਲੈਣ, ਅਤੇ ਖੁੱਡਿਆਂ ਨਾਲ ਫਿਰ ਨਿਬੜਾਂਗੇ ਬਾਅਦ 'ਚ, ਕਿਉਂਕਿ ਕੰਮ ਜਿਹੜਾ ਹੋ ਜਾਵੇ ਉਹਦੇ ਨਾਲ ਦੀ ਗੱਲ ਕੋਈ ਨਹੀਂ। ਠੀਕ ਹੈ ਬਾਈ, ਠੀਕ ਹੁਣ ਪਰਾਟੋ ਕੱਢ ਲਈ, ਅਸੀਂ ਹੁਣ ਚੱਲੇ ਹਾਂ ਭਰਾ ਜਾਲੀ ਲੈਣ ਜੀ। ਚੱਲ ਬਾਈ, ਚਲੋ ਚਲੋ। One hour later. ਜੀ ਜਾਲੀ ਵਾਲੀ ਦੁਕਾਨ 'ਤੇ ਆ ਗਏ। ਸਨੈਣ 5 ਫੁੱਟ ਬੜੀ, ਸਭ ਫਮੈਸ਼ ਕਰਨ ਲੱਗਿਆ। ਲਓ ਜੀ ਛੁੱਟੀ ਹੋ ਗਈ, 5 ਫੁੱਟ ਪੂਰੀ ਹੋ ਗਈ। A few inches later. ਵਾਲੀ ਦੁਕਾਨ ਤੇ ਪਹੁੰਚ ਕੇ ਚਾਰ ਹੋ ਗਏ ਜੀ, ਚਾਰ ਕਬਜ਼ੇ ਅਤੇ ਬਾਕੀ ਸਾਨੂੰ ਦੇਖੇ ਪੇਮੈਂਟ ਕਰਤੀ ਭਾਈ ਨੂੰ ਅਲਹਮਦੁਲਿਲਾ, ਅਤੇ ਦੋਵੇਂ ਚੀਜ਼ਾਂ ਮਿਲ ਗਈਆਂ ਨੇ ਅਲਹਮਦੁਲਿਲਾ। ਹੁਣ ਜਾ ਕੇ ਤੇਜ਼ੂ 'ਤੇ ਮਿਲਣੇ ਹਾਂ ਜੀ, ਬਹੁਤ ਸ਼ੁਕਰੀਆ ਜੀ। One hour later. ਜਾਲੀ ਵੀ ਆ ਗਈ ਅਤੇ ਸਾਡੇ ਕਿਲ ਕਾਬਲਾ ਵੀ ਆ ਗਿਆ ਅਤੇ ਅਸੀਂ ਵੀ ਆ ਗਏ, ਠੀਕ ਹੋ ਗਿਆ ਜੀ। ਹੁਣ ਟਾਈਮ ਹੋ ਗਿਆ ਕਾਫੀ, ਅਤੇ ਇਨਸ਼ਾਅੱਲਾ ਸੁਬਾਹ ਕਰਾਂਗੇ, ਕਿਉਂ ਸੁਣਿਆ ਨਾ। ਹਾਂਜੀ ਇਨਸ਼ਾਅੱਲਾ ਸੁਬਾਹ, ਹੁਣ ਥੱਕ ਗਏ ਆਉਣ ਜਾਣ 'ਚ, ਅਤੇ ਰਸਤੇ 'ਚ ਸਾਡਾ ਦਾਹ ਲੱਗ ਗਿਆ ਸੀ, ਡਾਕਟਰ ਸਾਹਿਬ ਨੇ ਮਸ਼ਵਰਾ ਕੀਤਾ ਸੀ। ਹਾਂਜੀ ਉਹ ਮੈਡੀਸਨ ਲਈ ਸੀ, ਮੈਡੀਸਨ ਅਜ਼ਰਾ ਖੋਲ੍ਹ ਕੇ ਵਹਾ ਜ਼ਰਾ। ਇਹ ਜੀ ਸਾਡੇ ਇੱਥੇ ਸਰਕਾਰੀ ਹਸਪਤਾਲ ਹੈ, ਉੱਥੋਂ ਅਸੀਂ ਦਵਾਈ ਲੈਂਦੀ ਆਪਣੀ ਮੋਰਨੀ ਵਾਸਤੇ ਨਾ, ਕੋਈ 3 ਖੁਰਾਕਾਂ ਉਹਨਾਂ ਕਿਹਾ ਜੀ ਕਰਨੀਆਂ ਹੈਗੀਆਂ, ਤਾਂ ਪਾਊਡਰ ਦਿੱਤਾ ਉਹਨਾਂ ਨਾਂ ਨੂੰ ਪੁੱਛਦੇ ਨੇ ਅਸੀਂ, ਉਹਨਾਂ ਦੱਸਿਆ ਦੁੱਸਿਆ ਕੋਈ ਨਹੀਂ, ਉਹਨਾਂ ਕਿਹਾ ਜੀ ਅੱਲਾ ਸ਼ਫਾ ਦੇਗਾ, ਇਹਨੂੰ 3 ਹਿੱਸਿਆਂ 3 ਖੁਰਾਕਾਂ ਕਰਕੇ ਨਾ 3 ਦਿਨਾਂ 'ਚ ਮੁਕਾਉਣਾ, ਠੀਕ ਹੈ ਜੀ। ਅਤੇ ਦੂਸਰੇ ਨੰਬਰ 'ਤੇ ਉਹਨੇ ਕਿਹਾ ਜੀ ਨੋਵੀਟਿਡ, ਇਹ ਗਲੇ ਦੀ ਮਤਲਬ ਸੋਜ਼ਿਸ਼ ਹੈ ਅਤੇ ਬੁਖਾਰ ਦੀ ਸ਼ਿਕਾਇਤ ਵੀ ਹੈ, ਅਤੇ ਤੁਸੀਂ ਇਹ ਨੋਵੀਟਿਡ ਨਾਲ ਗੋਲੀ ਦੇਣੀ ਹੈ, ਇਹ 1 ਗੋਲੀ ਦੇ 4 ਹਿੱਸੇ ਕਰ ਲੈਣੇ, ਯਾਨੀ ਕਿ ਸੁਬਾਹ ਸ਼ਾਮ ਦੇਣੀ ਹੈ, 1 ਗੋਲੀ ਦੇ 4 ਹਿੱਸੇ ਕਰਕੇ ਉਹਨੂੰ ਸੁਬਾਹ ਸ਼ਾਮ ਦੇਣੀ ਹੈ, 1/4 ਕਹਿ ਲਓ ਤੁਸੀਂ, 250 mg ਦੀ ਗੋਲੀ ਹੁੰਦੀ ਹੈ, ਠੀਕ ਹੋ ਗਿਆ ਜੀ। ਅਤੇ ਨਾਲ ਕਾਲੀਆਂ ਮਿਰਚਾਂ ਜਿਹੜੀਆਂ ਨੇ ਨਾ ਉਹ 2-2 ਦੇ ਦੇਣੀਆਂ ਸੁਬਾਹ ਸ਼ਾਮ, ਲਸਣ ਦੀਆਂ 2 ਤੁਰੀਆਂ ਦੇ ਦਿਓ ਨਾਲ ਸੁਬਾਹ ਸ਼ਾਮ 1-1, ਅਤੇ ਇਨਸ਼ਾਅੱਲਾ 2 ਦਿਨਾਂ 'ਚ ਤੁਹਾਡੀ ਮੋਰਨੀ ਠੀਕ ਹੋ ਜਾਏਗੀ, ਇਨਸ਼ਾਅੱਲਾ ਕਰਾਂਗੇ ਜੀ, ਜ਼ਰੂਰ ਕਰਾਂਗੇ, ਠੀਕ ਹੈ ਸਨੈਣ, ਠੀਕ ਹੈ। ਹੁਣ 4 ਚੀਜ਼ਾਂ ਹੈ, ਹਾਂਜੀ ਕਾਲੀ ਮਿਰਚ ਹੋ ਗਈ, ਲਸਣ, ਅਤੇ ਨਾਲ ਨੋਵੀਟੇਟ ਦਾ ਮਤਲਬ 4ਵਾਂ ਹਿੱਸਾ, ਗੋਲੀ ਦਾ 4ਵਾਂ ਹਿੱਸਾ, ਹਾਂ। ਲਓ ਵੀ ਮਿੱਤਰੋ ਇਹ ਸੀ ਅੱਜ ਦੀ ਸਾਡੀ ਵੀਡੀਓ, ਉਮੀਦ ਕਰਨਾ ਯਾਰਾਂ ਦੋਸਤਾਂ ਬੇਲੀਆਂ ਨੂੰ ਪਸੰਦ ਆਈ ਹੋਏਗੀ, ਜੇ ਪਸੰਦ ਆਈ ਹੈ ਤਾਂ ਠੀਕ ਹੈ, ਜੇ ਨਹੀਂ ਪਸੰਦ ਆਈ ਤਾਂ ਵੀ ਠੀਕ ਹੈ, ਲਾਈਕ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ।
ਬਾਈ ਲਾਈਕਨ ਨੂੰ ਦਬਾ ਕੇ ਰੱਖਣਾ, ਯਾਰਾਂ ਦੋਸਤਾਂ ਨੂੰ ਸ਼ੇਅਰ ਕਰਨਾ, ਮਿਲਣੇ ਅਗਲੇ ਵੀਲੌਗ 'ਚ ਨਵੀਆਂ ਗੱਲਾਂ ਨਵੀਆਂ ਬਾਤਾਂ ਅਤੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਜਾਣਾ ਵੀ ਰੱਬ ਰੱਖਾ ਲਾਡੀ ਦੇ ਬਾਅਦ। ਅਸਲਾਮ ਵਾਲੇਕੁਮ ਰਹਿਮਤੁਲ।